ਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਬੜੇ ਦਿਨਾਂ ਬਾਅਦ ਅੱਜ ਇੱਕ ਖਾਸ ਰਿਐਕਸ਼ਨ ਤੁਹਾਡੇ ਸਾਹਮਣੇ ਲੈ ਕੇ ਆਇਆ, ਔਰ ਇਹ ਖਾਸ ਹੈ ਇੱਕ ਸੌਂਗ 'ਤੇ ਜਿਹੜਾ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਕਿਸਾਨ ਮੂਵਮੈਂਟ ਹੈ ਉਹਨਾਂ ਦੇ ਨਾਂ ਇਹ ਸੌਂਗ ਕੀਤਾ ਗਿਆ। ਔਰ ਸੌਂਗ ਇਹ ਜਿਨ੍ਹਾਂ ਨੇ ਗਾਇਆ, ਇਹ ਜਿਨ੍ਹਾਂ ਨੇ ਨਾਮ ਕੀਤਾ, ਇਹ ਹਨ ਮੋਹਨਜੀਤ ਕੌਰ ਬਸਰਾ ਜੀ। UK ਦੇ ਵਿੱਚ ਵੱਸਦੇ ਹਨ ਔਰ ਲੰਡਨ ਦੇ ਵਿੱਚ ਜਿਤਨੇ ਉੱਥੇ ਚੈਨਲਸ ਹਨ ਉਹਨਾਂ ਦੇ ਵਿੱਚ ਬੜੀ ਮਸ਼ਹੂਰ ਪਰਸਨੈਲਿਟੀ ਹਨ, ਰੇਡੀਓ ਪ੍ਰੋਗਰਾਮ ਵੀ ਕਰਦੇ ਹਨ। ਯਕੀਨਨ ਇਹਨਾਂ ਦਾ ਕਿਸਾਨਾਂ ਲਈ ਆਵਾਜ਼ ਚੁੱਕਣਾ ਉਹ ਇੱਕ ਬੜਾ ਇੱਕ ਪੋਜ਼ਿਟਿਵ ਜੈਸਟਰ ਹੈ, ਔਰ ਖਾਸ ਕਰ ਜਿਹੜੀ ਇੱਕ ਅਰਦਾਸ ਹੈ, ਅਸੀਂ ਦੁਆ ਕਰਦੇ ਹਾਂ ਕਿ ਇਹਨਾਂ ਦੀ ਅਰਦਾਸ ਕਬੂਲ ਹੋਵੇ। ਮੋਹਨਜੀਤ ਕੌਰ ਬਸਰਾ ਜੀ, ਅਸੀਂ ਤੁਹਾਨੂੰ ਸਲੂਟ ਪੇਸ਼ ਕਰਦੇ ਹਾਂ ਕਿ ਤੁਸੀਂ ਕਿਸਾਨਾਂ ਦੀ ਗੱਲ ਕੀਤੀ, ਉਹਨਾਂ ਲੋਕਾਂ ਦੀ ਗੱਲ ਕੀਤੀ ਜਿਨ੍ਹਾਂ ਨੂੰ ਅੱਜ ਲੋੜ ਹੈ, ਸਾਡੀ ਲੋੜ ਹੈ, ਸਾਡੀ ਆਵਾਜ਼ ਚੁੱਕਣ ਦੀ ਲੋੜ ਹੈ। ਔਰ ਯਕੀਨਨ ਤੁਹਾਡੀ ਆਵਾਜ਼ ਜਿਹੜੀ ਹੈ ਉਹ ਅੱਗੇ ਤੱਕ ਜਾਏਗੀ, ਖਾਸ ਕਰ ਜਿਹੜਾ UK ਦੇ ਵਿੱਚ ਬੈਠੀ ਹੈ, ਨਾ ਸਿਰਫ ਸਿੱਖ ਕਮਿਊਨਿਟੀ ਬੜੇ ਬਲਕਿ ਉੱਥੇ ਦੇ ਜਿਹੜੇ ਬਾਕੀ ਲੋਕ ਬੈਠੇ ਨੇ ਉਹਨਾਂ ਨੂੰ ਵੀ ਇਸ ਮਸਲੇ ਦੀ ਸਮਝ ਆਏਗੀ ਕਿ ਕਿਸਾਨਾਂ ਨਾਲ ਉੱਥੇ ਕੀ ਵਾਪਰ ਰਹੀ ਹੈ। ਅਰਦਾਸ ਰਾਹੀਂ ਤੁਸੀਂ ਬੜਾ ਸੋਹਣਾ ਸੁਨੇਹਾ ਔਰ ਉੱਥੇ ਦੀ ਜਿਹੜੀ ਪੋਜੀਸ਼ਨ ਹੈ ਬੜੀ ਖੁੱਲ੍ਹ ਕੇ ਦੱਸੀ ਹੈ। ਅਤੇ ਫੈਸਲ ਅਲੀ ਕਰੀਏ ਸਟਾਰਟ ਨਾਲ ਮੇਰੇ ਫੈਸਲ ਅਲੀ ਜੀ, ਔਰ ਫੈਸਲ ਅਲੀ ਰਿਐਕਸ਼ਨ ਕਾਫੀ ਕਰਦੇ ਹਨ, ਇੱਕ ਹੋਰ ਸਾਡਾ ਚੈਨਲ ਵੀ ਹੈ, ਉਹਦੇ 'ਤੇ ਵੀ ਅਸੀਂ ਵੀਡੀਓ ਲੈ ਕੇ ਆਵਾਂਗੇ, ਕੋਸ਼ਿਸ਼ ਕਰਾਂਗੇ ਕਿ ਉਸ ਰਿਐਕਸ਼ਨ ਰਾਹੀਂ ਵੀ ਇਸ 'ਤੇ ਕੋਈ ਅੱਗੇ ਗੱਲ ਵਧੇ ਔਰ ਪੰਜਾਬੀ ਪ੍ਰਚਾਰ TV ਰਾਹੀਂ ਵੀ ਵਧੇ। ਪੰਜਾਬੀ ਪ੍ਰਚਾਰ TV ਔਰ ਮਿਊਜ਼ਿਕ ਗਰ ਦੋਨਾਂ ਰਾਹੀਂ ਅਸੀਂ ਇਹ ਰਿਐਕਸ਼ਨ ਜਿਹੜਾ ਹੈ ਉਹ ਦੇਵਾਂਗੇ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਇਹ ਮੈਸੇਜ ਅੱਪੜ ਚੁੱਕੇ। ਅਤੇ ਕੀ ਕਹਿਣਾ ਚਾਹੁੰਦੇ ਹੋ ਫੈਸਲ ਅਲੀ, ਫਿਰ ਕਰੀਏ ਸਟਾਰਟ? ਜੀ ਬਿਲਕੁਲ, ਅਸੀਂ ਰਿਐਕਸ਼ਨ ਦੇਈਏ ਇਹਦੇ 'ਤੇ, ਸੁਣੀਏ ਇਹਨਾਂ ਨੂੰ ਜਿਹਨਾਂ ਦਾ ਜਿਹੜਾ ਗੀਤ ਹੈ। ਇਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੱਲ ਹੋਰ ਦੱਸਦੇ ਜਾਈਏ ਕਿ ਇਹ ਜਿਹੜਾ ਰਿਲੀਜ਼ ਕੀਤਾ ਹੈ ਸੌਂਗ, ਇਹ ਜੀਵਨ ਰਿਕਾਰਡਸ UK ਨੇ ਕੀਤਾ, ਔਰ ਤੁਸੀਂ ਜੀਵਨ ਰਿਕਾਰਡਸ UK ਨੂੰ ਵੀ ਸਬਸਕ੍ਰਾਈਬ ਕਰ ਲਓ, ਇਸ ਤਰ੍ਹਾਂ ਦਾ ਮਿਊਜ਼ਿਕ ਤੁਹਾਨੂੰ ਮਿਲਦਾ ਰਹੇਗਾ। ਔਰ ਡੈਫੀਨੇਟਲੀ ਪੰਜਾਬੀ ਪ੍ਰਚਾਰ ਔਰ ਮਿਊਜ਼ਿਕ ਕਰਨ ਤੋਂ ਤੁਸੀਂ ਕਰਨਾ ਹੀ ਕਰਨਾ ਹੈ, ਤਿੰਨੋਂ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਲਾਜ਼ਮੀ ਕਰ ਲਓ ਜੀ। ਬਗੈਰ ਦੇਰ ਕੀਤੇ ਸਰ ਹੁਣ ਆਪਾਂ ਰਿਐਕਸ਼ਨ ਵੇਖੀ ਇਹਦੇ 'ਤੇ। ਬਿਲਕੁਲ ਬਿਲਕੁਲ, ਕਿਸਾਨ ਮਜ਼ਦੂਰ ਕਿੰਨੇ ਚਿਰ ਤੋਂ ਕਰਨੇ ਲੱਗੇ ਲੋਕੀ ਕਰਨੇ ਪੁਕਾਰਾ।
ਦੇਖੋ ਕਿ ਜਿਸ ਟਾਈਮ ਇੰਨੀ ਜ਼ਿਆਦਾ ਸਰਦੀ ਸੀ ਔਰ ਬਾਹਰ ਬੈਠਣਾ ਸਰਦੀ ਦੇ ਵਿੱਚ ਔਰ ਬਜ਼ੁਰਗ ਮਾਵਾਂ ਅਤੇ ਬਜ਼ੁਰਗ ਸਾਡੇ ਬਾਬੇ ਜਿਹੜੇ ਉੱਥੇ ਬੈਠੇ ਸੀ, ਹੁਣ ਅੱਗੇ ਗਰਮੀ ਆ ਰਹੀ ਹੈ, ਫੁੱਲ ਗਰਮੀ ਹੋਏਗੀ, ਜੂਨ ਜੁਲਾਈ ਦੀਆਂ ਗਰਮੀਆਂ ਹੋਣਗੀਆਂ, ਅਤੇ ਕਿਸ ਤਰ੍ਹਾਂ ਉਹ ਲੋਕ ਉੱਥੇ ਬਰਦਾਸ਼ਤ ਕਰਨਗੇ ਉਸ ਚੀਜ਼ ਨੂੰ? ਦੇਖੋ, ਅਸੀਂ ਤਾਂ ਦੁਆ ਕਰਦੇ ਹਾਂ, ਸਾਡੀ ਖਾਹਿਸ਼ ਵੀ ਹੈ ਕਿ ਜ਼ਿਆਦਾ ਗਰਮੀ ਦੇ ਆਉਣ ਤੋਂ ਪਹਿਲੇ ਤੱਕ ਇਹ ਜਿਹੜੀ ਜ਼ਿੱਦੀ ਸਰਕਾਰ ਹੈ ਇਹ ਸਾਰੀਆਂ ਮੰਗਾਂ ਜਿਹੜੀਆਂ ਕਿਸਾਨਾਂ ਦੀਆਂ ਹਨ ਉਹਨਾਂ ਨੂੰ ਪੂਰਾ ਕਰ ਲਵੇ। ਡੈਫੀਨੇਟਲੀ ਜਿਤਨੀ ਸਰਦੀ ਦੇ ਵਿੱਚ ਕਿਸਾਨ ਬੈਠੇ ਰਹੇ, ਇਹ ਸਿਰਫ ਕਿਸਾਨ ਹੀ ਸੀ ਜਿਹੜੇ ਜਰ ਗਏ ਇਤਨੀ ਠੰਡ ਨੂੰ, ਹੋਰ ਕੋਈ ਵੀ ਹੁੰਦਾ ਤਾਂ ਸ਼ਾਇਦ ਇਤਨੇ ਲੰਬਾ, ਇਹ ਕੋਈ ਇੱਕ ਦੋ ਰਾਤਾਂ ਦੀ ਗੱਲ ਨਹੀਂ ਸੀ, ਕੋਈ ਇੱਕ ਦੋ ਮਹੀਨਿਆਂ ਦੀ ਗੱਲ ਨਹੀਂ ਸੀ, ਪੂਰੀ ਸਰਦੀਆਂ ਉਹਨਾਂ ਦੀਆਂ ਉਸੇ ਤਰੀਕੇ ਨਾਲ ਰੋਡ 'ਤੇ ਗੁਜ਼ਰੀਆਂ ਔਰ ਅੱਜ ਵੀ ਬੈਠੇ ਨੇ। ਅਤੇ ਸਲਾਮ ਹੈ ਇਹਨਾਂ ਦੀ ਹਿੰਮਤ ਨੂੰ, ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ, ਔਰ ਹਮੇਸ਼ਾ ਹੱਕ ਸੱਚ ਦੀ ਫਤਿਹ ਉਹ ਇੱਕ ਦਿਨ ਹੁੰਦੀ ਹੈ ਔਰ ਸਾਡੇ ਕਿਸਾਨਾਂ ਦੀ ਫਤਿਹ ਵੀ ਹੋਏਗੀ। ਕਿੰਨੀ ਕੁ ਦੇਰ ਤੱਕ ਮੋਦੀ ਸਰਕਾਰ ਆਪਣੀਆਂ ਜ਼ਿੱਦਾਂ 'ਤੇ ਕਾਇਮ ਰਹਿ ਸਕਦੀ? ਇਹ ਲੋਕਾਂ ਦੀ ਆਵਾਜ਼ ਹੈ ਖਾਲਸ, ਨਾ ਇਹ ਕਿਸੇ ਐਸਟੈਬਲਿਸ਼ਮੈਂਟ ਦੇ ਧੜੇ, ਨਾ ਇਹ ਕਿਸੇ ਪੋਲੀਟੀਕਲ ਪਾਰਟੀ ਦਾ ਧੜਾ ਹੈ, ਖਾਲਸ ਤਾਂ ਲੋਕਾਂ ਦੀ ਆਵਾਜ਼ ਹੈ ਔਰ ਲੋਕ ਜਦੋਂ ਆਪਣੇ ਹੱਕਾਂ ਲਈ ਨਿਕਲਦੇ ਹਨ ਤਾਂ ਆਪਣੀ ਗੱਲ ਮਨਵਾ ਕੇ ਵੀ ਰਹਿੰਦੇ ਨੇ। ਔਰ ਇਹ ਕਿਸਾਨ ਮੂਵਮੈਂਟ ਜਿਹੜੀ ਹੈ ਇਹਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿਸਾਨਾਂ ਨੂੰ ਦੱਸਿਆ, ਮਜ਼ਦੂਰਾਂ ਨੂੰ ਦੱਸਿਆ, ਜਿਵੇਂ ਇਸ ਗੀਤ ਦੇ ਵਿੱਚ ਜ਼ਿਕਰ ਸੀ, ਜਿਨ੍ਹਾਂ ਲਈ ਇਹ ਅਰਦਾਸ ਕੀਤੀ ਗਈ ਕਿ ਉਹਨਾਂ ਦਾ ਏਕਾ ਏਕਾ ਕਿਸ ਤਰੀਕੇ ਨਾਲ ਹੁੰਦਾ। ਪਹਿਲੇ ਹੁੰਦਾ ਸੀ ਕਿ ਤੋੜ ਦਿੰਦੇ ਸੀ ਛੋਟੇ ਛੋਟੇ ਗਰੋਹਾਂ ਨੂੰ, ਜਿਵੇਂ ਆਪਣੇ ਲਹਿੰਦੇ ਪਾਕਿਸਤਾਨ ਦੇ ਲਹਿੰਦੇ ਪੰਜਾਬ ਔਰ ਪਾਕਿਸਤਾਨ ਦੇ ਵਿੱਚ ਹੁੰਦਾ ਕਿ ਜਦੋਂ ਵੀ ਕੋਈ ਕਿਸਾਨ ਉੱਠਦਾ ਉਹਨੂੰ ਛੋਟੇ ਛੋਟੀਆਂ ਸਰਕਾਰਾਂ ਧੜਿਆਂ ਦੇ ਵਿੱਚ ਉਹਨਾਂ ਨੂੰ ਤਕਸੀਮ ਕਰ ਦਿੰਦੀਆਂ ਨੇ, ਉਹ ਕਿਸਾਨ ਮੂਵਮੈਂਟ ਖਤਮ ਹੋ ਜਾਂਦੀ। ਲੇਕਿਨ ਚੜ੍ਹਦੇ ਪੰਜਾਬ ਦੇ ਔਰ ਉੱਥੋਂ ਜਿਹੜੇ ਲੋਕ ਬੈਠੇ ਨੇ, ਖਾਸ ਕਰ ਹਰਿਆਣਾ ਦੇ ਔਰ ਆਸੇ ਪਾਸੇ ਦੀਆਂ ਸਟੇਟਾਂ ਦੇ, ਉਹਨਾਂ ਨੇ ਦੱਸਿਆ ਹੈ ਕਿ ਏਕਾ ਕਿਵੇਂ ਕੀਤਾ ਜਾਂਦਾ ਔਰ ਜਦੋਂ ਏਕਾ ਹੋ ਜਾਂਦਾ ਤਾਂ ਫਿਰ ਏਕੇ ਦੀ ਤਾਕਤ ਕੀ ਹੁੰਦੀ ਹੈ, ਕਿ ਉਸ ਵੇਲੇ ਦੀ ਸਰਕਾਰ ਨੂੰ ਝੁਕਣਾ ਪੈਂਦਾ ਔਰ ਡੈਫੀਨੇਟਲੀ ਮੋਦੀ ਸਰਕਾਰ ਇੱਕ ਦਿਨ ਝੁਕੇਗੀ। ਇਹ ਸੀ ਗਾਣਾ ਜਿਹੜਾ ਤੁਸੀਂ ਸੁਣਿਆ, ਚਾਹਾਂਗੇ ਅਸੀਂ ਕਿ ਇਸ ਨੂੰ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਹੌਸਲਾ ਅਫਜ਼ਾਈ ਹੋਵੇਗੀ ਗਾਉਣ ਵਾਲਿਆਂ ਦੀ, ਜਿਨ੍ਹਾਂ ਨੇ ਰਿਲੀਜ਼ ਕੀਤਾ ਉਹਨਾਂ ਦੀ ਹੌਸਲਾ ਅਫਜ਼ਾਈ ਹੋਵੇਗੀ। ਅਤੇ ਇਜਾਜ਼ਤ ਲਵੀ ਜਾਂਦੀ? ਹਾਂਜੀ ਬਿਲਕੁਲ, ਇਜਾਜ਼ਤ ਲੈਂਦੇ ਹਾਂ ਜੀ। ਡਿਸਕ੍ਰਿਪਸ਼ਨ ਦੇ ਵਿੱਚ ਓਰੀਜਨਲ ਗੀਤ ਦਾ ਜਿਹੜਾ ਲਿੰਕ ਹੈ ਉਹ ਵੀ ਹੈਗਾ, ਉਹਨੂੰ ਵੀ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਲੈਣਾ ਅਤੇ ਨਾਲ ਨਾਲ ਪੰਜਾਬੀ ਪ੍ਰਚਾਰ ਟੀਵੀ ਨੂੰ ਵੀ ਕਰ ਲਓ ਅਤੇ ਸਾਨੂੰ ਤੇ ਮਿਊਜ਼ਿਕ ਕਰਨ ਨੂੰ ਵੀ ਕਰ ਲੈਣਾ। ਬਿਲਕੁਲ ਜੀ, ਅਤੇ ਮਿਲਦੇ ਹਾਂ ਜੀ ਕਿਸੇ ਹੋਰ ਹੀ ਨਵੀਂ ਰਿਐਕਸ਼ਨ ਵੀਡੀਓ ਦੇ ਨਾਲ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ। ਰੱਬ ਰਾਖਾ, ਸਤਿ ਸ਼੍ਰੀ ਅਕਾਲ, ਨਮਸਕਾਰ।